ਕਬੀਰ ਚਾਵਲ ਕਾਰਣੇ ਤੁਖ ਕੋ ਮੋਹਲੀ ਲਾਏ ਸੰਗ ਕੋ ਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਕੋ ਸੰਗਤ ਦੇ ਵਿੱਚ ਬੈਠਿਆਂ ਲੇਖਾ ਦੇਣਾ ਪੈਂਦਾ ਖਾਣੇ ਤਾਂ ਬੰਦੇ ਨੇ ਚੌਲ ਨੇ ਕੜਾਈ ਦੇ ਵਿੱਚ ਪਤੀਲੇ ਦੇ ਵਿੱਚ ਤਾਂ ਚੌਲ ਪਾਉਣੇ ਆ ਉਹਨਾਂ ਨੂੰ ਉਬਾਲਣਾ ਹੈ ਉਹਨਾਂ ਨੂੰ ਸੇਕ ਲਵਾਉਣਾ ਪਰ ਚਾਵਲ ਦੇ ਉੱਤੇ ਜਿਹੜਾ ਛਿਲਕਾ ਜਿਹਨੂੰ ਤੁਖ ਕਹਿੰਦੇ ਆ ਉਹ ਉਹਨਾਂ ਚਾਵਲਾਂ ਦੀ ਮਾਨੂੰ ਰੱਖਿਆ ਕਰ ਰਿਹਾ ਬਚਾ ਕਰ ਰਿਹਾ ਉਹਦਾ ਫਿਰ ਜਦੋਂ ਉਖਲੀ ਦੇ ਵਿੱਚ ਪਾ ਕੇ ਚੌਲ ਛੜੇ ਜਾਂਦੇ ਆ ਮੋਲੇ ਪੈਂਦੇ ਉਤੋਂ ਤਾਂ ਫਿਰ ਉਹ ਚੌਲਾਂ ਨੂੰ ਨਹੀਂ ਪੈਂਦੇ ਪਹਿਲਾਂ ਤੁਖਾ ਨੂੰ ਉੱਪਰ ਛਿਲਕੇ ਨੂੰ ਪੈਂਦੇ ਆ ਛਿਲਕੇ ਨੂੰ ਅਸੀਂ ਖਾਣਾ ਨਹੀਂ ਪਰ ਛਿਲਕਾ ਜਿਹੜਾ ਹੈ ਉਹ ਚਾਵਲਾਂ ਦਾ ਬਚਾਅ ਕਰ ਰਿਹਾ ਲੁਕਾ ਰਿਹਾ ਊਖਲੀ ਦੇ ਵਿੱਚ ਪਾ ਕੇ ਜਦੋਂ ਅਸੀਂ ਚੌਲਾਂ ਨੂੰ ਛੱਡਦੇ ਆ ਜਾਂ ਮਸ਼ੀਨ ਦੇ ਵਿੱਚ ਛੜਿਆ ਜਾਂਦਾ ਤਾਂ ਫਿਰ ਚਾਵਲ ਅੱਡ ਹੁੰਦੇ ਨੇ ਛਿਲਕਾ ਅਲੱਗ ਹੁੰਦਾ ਮੋਗਲਿਆਂ ਦੀ ਜਿਹੜੀ ਮਾਰ ਪੈਂਦੀ ਆ ਨਾ ਉਹ ਛਿਲਕੇ ਨੂੰ ਪਹਿਲਾਂ ਪੈਂਦੀ ਆ ਕਿਸੇ ਵੀ ਗਲਤ ਬੰਦੇ ਦਾ ਬਚਾ ਕਰਦਿਆਂ ਉਹਨੂੰ ਪ੍ਰੋਟੈਕਸ਼ਨ ਦਿੰਦਿਆਂ ਉਹਦੇ ਔਗਣਾ ਤੇ ਪੜਦਾ ਪਾਉਂਦਿਆਂ ਤੁਸੀਂ ਤਖ ਵਾਲੀ ਭੂਮਿਕਾ ਜਦੋਂ ਵੀ ਨਿਭਾਉਂਦੇ ਹੋ ਉਦੋਂ ਹੀ ਉਹ ਜਿਹੜੇ ਮੋਹਲਿਆਂ ਦੀ ਮਾਰ ਉਹਨੂੰ ਪੈਣੀ ਹੈ ਫਿਰ ਨਾਲ ਬਰਾਬਰ ਦੇ ਭਾਈਵਾਲ ਆਪਾਂ ਬਣ ਜਾਂਦੇ ਹਾਂ ਉਹਦੇ ਵਿੱਚ ਵੀ ਕਬੀਰ ਚਾਵਲ ਕਾਰਣੇ ਤਖ ਕੋ ਮੋਹਲੀ ਲਾਏ ਸੰਗ ਕੁਸੰਗੀ ਬੈਸ ਤੇ ਤਦ ਪੁੱਛੇ ਧਰਮ ਰਾਏ ਦੁਸ਼ਟੀ ਸਭਾ ਵਿੱਚ ਗੁਚੀਏ ਦੁਸ਼ਟਾਂ ਦੀ ਸਭਾ 'ਚ ਜਾਵਾਂਗੇ ਤੇ ਖ਼вар ਹੋਵਾਂਗੇ ਸਹੀ ਹੋਣਾ ਚੰਗੀ ਗੱਲ ਹੈ ਪਰ ਸਹੀ ਥਾਂ 'ਤੇ ਹੋਣਾ ਇਹ ਉਸ ਤੋਂ ਵੀ ਵਧੀਆ ਗੱਲ ਹੈ ਜੋ insan ਸਹੀ ਥਾਂ 'ਤੇ ਹੈ ਉਹ ਬਚਦਾ ਹੈ ਜੋ ਸਿਰਫ਼ ਸਹੀ ਹੈ ਪਰ ਗਲਤ ਸਾਤੇ ਹੈ ਉਹ ਮਨੁੱਖ ਜਿਵੇਂ ਕਣਕ ਨਾਲ ਕੌਣ ਪਿਸਦਾ ਕਈ ਵਾਰ ਪਿਸ ਜਾਂਦਾ ਗੁਰੂ ਸਾਹਿਬਾਨ ਨੇ ਪਾਵਨ ਬਾਣੀ ਦੇ ਵਿੱਚ ਸੁਚੇਤ ਕੀਤਾ ਹੈ ਕਬੀਰ ਚਾਵਲ ਕਾਰਣੇ ਤੁਖ ਕੋ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਏ ਲੇਖਾ ਦੇਣਾ ਪੈਂਦਾ ਪ੍ਰਮਾਤਮਾ ਦਾ ਹਟਲ ਨਿਯਮ ਹੈ ਬੰਦੇ ਨੂੰ ਉਹਦੇ ਕੀਤੇ ਕਰਮਾਂ ਦੇ ਮੁਤਾਬਕ ਉਹਦੀ ਹੋਣੀ ਤੈ ਹੁੰਦੀ ਹੈ ਜੀ ਮਨੁੱਖ ਇੱਕ ਤੁਖ ਵਾਂਗੂ ਚਾਵਲ ਦਾ ਬਚਾ ਕਰਦੇ ਆ ਤੁਖ ਨੂੰ ਮੋਲੇ ਖਾਣੇ ਪੈਂਦੇ ਨੇ ਕੋ ਸੰਗਤ ਵਿੱਚ ਬੈਠ ਕੇ ਤੁਸੀਂ ਕਿਸੇ ਦੇ ਔਗਣ ਆਪਣੇ ਸਿਰ ਲੈ ਕੇ ਇੱਕ ਮਾਨੋ ਤੁਸੀਂ ਵੀ ਉਹਦੇ ਗੁਨਾਹਾਂ ਦੀ ਸਜ਼ਾ ਵਿੱਚ ਬਰਾਬਰ ਦੇ ਹਿੱਸੇਦਾਰ ਬਣ ਜਾਂਦੇ ਹੋ ਆਪਣਾ ਬਚਾ ਕਰਨ ਵਾਸਤੇ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਣਾ ਹੇਤ ਸਾਖਤ ਕਾਰੀ ਕੰਬਰੀ ਤੋਏ ਹੋਏ ਨਸੀਤ ਵੀਰ ਸਾਗਤ ਸੰਗ ਨਾ ਕੀਜੀਐ ਦੂਰ ਹਜਾਈਏ ਭਾਗ ਵਾਸਨ ਕਾਰੋ ਪਰਸੀਏ ਤੌ ਕਸ ਲੱਗੇ ਦਾਗ ਪਾਂਡੇ ਕਾਲੇ ਨੂੰ ਹੱਥ ਲਾਵਾਂਗੇ ਦਾਗ ਤਨ ਲੱਗੂ ਆਪਣਾ ਵਿਚਾਰ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਸੁਖਵਿੰਦਰ ਸਿੰਘ ਟੌਲ ਨਾਮ ਤੇ ਬਣਿਆ ਹੋਇਆ ਤੁਸੀਂ ਉਹਨੂੰ ਸਬਸਕ੍ਰਾਈਬ ਕਰਕੇ ਹੋਰ ਵੀਡੀਓ ਦੇਖ ਸਕਦੇ ਹੋ ਇਹ ਦਾਸ ਦਾ ਨੰਬਰ ਹੈ ਵੈਸੇ ਹਰ ਇੱਕ ਵੀਡੀਓ ਦੇ ਵਿੱਚ ਲਿਖਿਆ ਹੀ ਹੁੰਦਾ ਉਹਨਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ